ਲਓ ਜੀ, ਆਹ ਵੀਡੀਓ ਹੈਗੀ ਆ ਕਿਸਾਨ ਭਰਾਵਾਂ ਵਾਸਤੇ ਜੀ। ਆਪਣੇ ਖੇਤਾਂ ਦੇ ਵਿੱਚ ਜੰਗਲੀ ਸੂਰ ਆ ਜਾਂਦੇ ਆ ਤੇ ਸਬਜ਼ੀਆਂ ਵਗੈਰਾ ਖਾ ਜਾਂਦੇ ਆ, ਬਾੜੀ ਵਗੈਰਾ ਖਾ ਜਾਂਦੇ ਆ, ਉਹਦਾ ਬਚਾਅ ਹੁਣ ਕਿਹੜੇ ਹਿਸਾਬ ਨਾਲ ਕਰਨਾ ਗਾ, ਉਹਦੇ ਵਾਸਤੇ ਟਰਿੱਕ ਆ ਜਿਹੜੀ ਮੈਂ ਬਾਈ ਉਹ ਦੱਸਣ ਲੱਗਿਆਂਗਾ। ਵੀਡੀਓ ਨੂੰ ਧਿਆਨ ਨਾਲ ਦੇਖਿਓ, ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਹੁਣ ਬਾਈ ਖੇਤਾਂ ਦੇ ਵਿੱਚ ਹੁਣ ਬਾੜੀ ਵਗੈਰਾ ਆਪਣੀ ਲਾਈ ਹੁੰਦੀ ਆ, ਹੁਣ ਮੰਨ ਲਓ ਵੀ ਸਾਡੇ ਆਹ ਲਾਈ ਆ, ਹੁਣ ਜੇ ਸੂਰ ਆ ਕੇ ਇਹਨੂੰ ਖਾ ਜਾਵੇ ਯਾਰ, ਆਪਾਂ ਨੂੰ ਦੁੱਖ ਜਿਹਾ ਲੱਗਦਾ ਹਨਾ, ਵੀ ਯਾਰ ਸੜਦੇ ਨਹੀਂ ਹੈਗੇ ਸੂਰ, ਖਾ ਜਾਂਦੇ ਆ ਜਾਂ ਵੱਟਾਂ, ਹੁਣ ਵੱਟਾਂ ਵਗੈਰਾ ਫੋਲ ਦਿੰਦੇ ਆ, ਮੱਕੀ ਮੁੱਕੀ ਲਾਈ ਆ ਉਹਦੇ ਵਿੱਚ ਵੜ ਜਾਂਦੇ ਆ ਹਨਾ, ਇਹ ਨੁਕਸਾਨ ਵੀ ਕਰ ਜਾਂਦੇ ਆ ਬੰਦੇ ਨੂੰ, ਜਿੱਦਾਂ ਦਿਮਾਗ ਨਾ, ਹੋਇਆ ਵੀ ਆ ਸਾਡੇ ਪਿੰਡ, ਹੋਇਆ ਵੀ, ਹੋਰ ਵੀ ਮੈਂ ਬਹੁਤ ਸੁਣਿਆ ਗਾ। ਤੇ ਇਹਨਾਂ ਨੂੰ ਰੋਕਣਾ ਕਿਵੇਂ ਆ, ਇਹਨਾਂ ਨੂੰ ਰੋਕਣ ਵਾਸਤੇ ਇੱਕ ਟਰਿੱਕ ਆ ਜਿਹੜੀ ਉਹ ਮੈਂ ਦੱਸਣ ਲੱਗਿਆ, ਉਹ ਤਜਰਬਾ ਗਾ ਕਿਸੇ ਬੰਦੇ ਨੇ ਦੱਸਿਆ ਸੀਗਾ, ਆਪਾਂ ਤਾਂ ਨਹੀਂ ਕੀਤਾ ਹੈਗਾ, ਆਪਣੇ ਸੂਰ ਘੱਟ ਆ ਤੇ ਨਾ ਆਪਾਂ ਨੂੰ ਲੋੜ ਪਈ ਆ ਕਰਨ ਦੀ। ਬਈ ਹੋ ਸਕਦਾ ਵੀ ਤੁਹਾਡੇ ਸੂਰ ਵੱਧ ਹੋਣ, ਤੁਸੀਂ ਇਹ ਤਜਰਬਾ ਕਰਕੇ ਦੇਖਣਾ, ਹੋ ਸਕਦਾ ਤੁਹਾਡੀ ਬਾੜੀ ਵਗੈਰਾ ਬਚ ਸਕਦੀ ਆ। ਲੀਟਰ ਪਾ ਕੇ ਬਾਲਟੀ ਦੇ ਵਿੱਚ ਪਾਣੀ, ਉਹਦੇ ਵਿੱਚ 50 ਰੁਪਏ ਦੀਆਂ ਫਰਨੈਲ ਦੀਆਂ ਗੋਲੀਆਂ ਲੈਣੀਆਂ, ਆਪਣੇ ਆਮ ਘਰਾਂ ਦੇ ਵਿੱਚ ਵੀ ਪਈਆਂ ਹੁੰਦੀਆਂ ਨੇ ਜਾਂ ਦੁਕਾਨ ਤੋਂ ਲੈ ਲੈਣੀਆਂ ਨੇ, ਉਹ ਲੈ ਕੇ ਬਾਈ ਤੁਸੀਂ ਕੀ ਕਰਨਾ ਗਾ, ਘੋਲ ਬਣਾ ਕੇ ਚੰਗੀ ਤਰ੍ਹਾਂ, ਹੁਣ ਜਿਵੇਂ ਹੁਣ ਬਾੜੀ ਲੱਗੀ ਆ ਉਹਦੇ ਆਲੇ ਦੁਆਲੇ ਵੱਟਾਂ 'ਤੇ ਪਾਣੀ ਆ ਜਿਹੜਾ ਉਹ ਪਾ ਦੇਣਾ, ਜਦੋਂ ਸੂਰ ਆਊਗਾ, ਸੂਰ ਜਦੋਂ ਧਰਤੀ ਨੂੰ ਸੁੰਘਦਾ, ਸੁੰਘਦੇ ਆਉਂਦੇ ਹੁੰਦੇ ਆ ਉਹ, ਜਦੋਂ ਨੇੜੇ ਆਊਗਾ ਵੱਟ ਦੇ, ਉਦੋਂ ਬਾਅਦ ਦੇ ਵਿੱਚ ਬਾਈ ਉਹ ਜਦੋਂ ਵੱਟ ਦੇ ਨੇੜੇ ਆ ਗਿਆ, ਉਹਨੇ ਸਮੈਲ ਜਦੋਂ ਸੁੰਘਣੀ ਆ ਦੇਖ ਕੇ, ਉਹਨੇ ਬਾਈ ਫਰਨੈਲ ਦੀ ਸਮੈਲ ਨੂੰ ਸੁੰਘ ਕੇ ਉਹਨੇ ਪਿੱਛੇ ਹਟ ਜਾਣਾ, ਉਹ ਤੁਹਾਡੀ ਬਾੜੀ ਦੇ ਵਿੱਚ ਐਂਟਰ ਨਹੀਂ ਕਰੂ। ਇਹ ਤਜਰਬਾ ਬਾਈ ਕਰਕੇ ਦੇਖਣਾ ਤੁਸੀਂ, ਮੈਂ ਤਾਂ ਕਰਕੇ ਵੀਡੀਓ ਬਣਾਈ ਸੀਗੀ, ਮੈਨੂੰ ਕਿਸੇ ਨੇ ਦੱਸਿਆ ਸੀਗਾ ਤਾਂ ਕਰਕੇ ਮੈਂ ਵੀ, ਮੈਂ ਕਿਹਾ ਵੀ ਸਾਰਿਆਂ ਨਾਲ ਆਪਾਂ ਸ਼ੇਅਰ ਕਰ ਲੈਂਦੇ ਹਾਂ ਇਹ ਟਰਿੱਕ ਆ ਜਿਹੜੀ ਬਾਈ, ਇਹ ਤਜਰਬਾ ਇਹ ਦੇਖਿਓ, ਤੁਸੀਂ ਵੀ ਸ਼ੇਅਰ ਕਰਿਓਗਾ। ਹਾਂ, ਹੋ ਸਕਦਾ ਕਿਸੇ ਦੀ ਬਾੜੀ ਵਗੈਰਾ ਜਾਂ ਕੋਈ ਸਬਜ਼ੀ ਵਗੈਰਾ ਬਚ ਸਕੇ। ਤੇ ਹੁਣ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ, ਵੀਡੀਓ ਨੂੰ ਸ਼ੇਅਰ ਕਰ ਦਿਓ, ਹੋ ਸਕਦਾ ਕਿਸੇ ਦੀ ਬਾੜੀ ਵਗੈਰਾ ਸਬਜ਼ੀ ਵਗੈਰਾ ਬਚ ਸਕੇ, ਸ਼ੇਅਰ ਕਰ ਦਿਓ ਵੀਡੀਓ ਨੂੰ।